ਇਹ ਆਲੂ ਨੂੰ ਚੱਕਣ ਦਾ ਇੱਕ ਵੱਖਰੇ ਹੀ ਕਿਸਮ ਦਾ ਤਰੀਕਾ ਹੈ ਜਿਹੜਾ ਕਿ ਸਟਰੋ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ। ਤੁਹਾਨੂੰ ਇੱਕ ਆਮ ਸਟਰੋ ਜਿਹੜਾ ਕਿ ਫਲੈਕਸੀਬਲ ਹੋਵੇ ਅਤੇ ਇੱਕ ਕੱਚੇ ਆਲੂ ਦੀ ਲੋੜ ਹੈ। ਜੇ ਤੁਸੀਂ ਸਟਰੋ ਨੂੰ ਕੱਚੇ ਆਲੂ 'ਤੇ ਲਗਾਉਂਦੇ ਜਾਂ ਉਸ 'ਤੇ ਮਾਰਦੇ ਹੋ ਤਾਂ ਉਹ ਸਟਰੋ ਟੇਢਾ ਹੋ ਜਾਂਦਾ ਹੈ, ਪਰ ਆਲੂ ਵਿੱਚ ਕੁਝ ਨਹੀਂ ਹੁੰਦਾ, ਉਸ ਵਿੱਚ ਕੋਈ ਗਲੀ ਨਹੀਂ ਹੋਏਗੀ। ਪਰ ਜੇ ਤੁਸੀਂ ਸਟਰੋ ਦੇ ਟਿਪ ਨੂੰ ਬੰਦ ਕਰਕੇ ਆਲੂ 'ਤੇ ਮਾਰੋਗੇ ਤਾਂ ਇਹ ਤੁਹਾਡੇ ਅਚੰਬੇ ਦੀ ਹੱਦ ਹੈ ਕਿ ਜਿਹੜੀ ਸਟਰੋ ਹੈ ਉਹ ਆਲੂ ਵਿੱਚ ਗਲੀ ਕਰ ਦੇਗੀ। ਤੁਸੀਂ ਆਲੂ ਨੂੰ ਸਟਰੋ ਦੇ ਸਹਾਰੇ ਉੱਪਰ ਚੱਕ ਸਕੋਗੇ। ਆਲੂ ਐਨਰਸ਼ੀਆ ਵਿੱਚ ਹੈ ਜਿਸ ਕਾਰਨ ਸਟਰੋ ਉਸ ਨਾਲ ਟਕਰਾਉਣ ਉਪਰੰਤ ਗਲੀ ਕੱਢ ਦਿੰਦੀ ਹੈ।